Today I'm gonna teach you topic may have as a passive voice, and I have already described the use of may have as a active voice. If you have not watched that video, please visit to my channel English for Beginners and watch that video, and I will give a link in the description box also. Now I'm going to start topic may have as a passive voice. So please don't skip video in the mid, watch till the end so that you can understand the all use of may have. Now I'm going to start. It is used for present assumption and its percentage is 50% or above that work which has done. ਇਹਨਾਂ ਦੇ ਆਪਾਂ ਯੂਜ਼ ਕਿੱਥੇ ਕਰਦੇ ਮੇ ਹੈਵ ਦਾ ਪ੍ਰੈਜੈਂਟ ਵਿੱਚ ਕੋਈ ਖੜ ਕੇ ਕਿਸੇ ਵੀ ਕੰਮ ਦਾ ਅੰਦਾਜ਼ਾ ਲਗਾਉਣੇ ਅਤੇ ਆਪਣੇ ਅੰਦਾਜ਼ਾ ਕਿੰਨਾ ਹੁੰਦਾ 50% ਮੀਨਸ ਆਪਾਂ ਨੂੰ 50% ਲੱਗ ਰਿਹਾ ਹੁੰਦਾ ਵੀ ਕਿ ਕੰਮ ਜਿਹੜਾ ਹੋ ਗਿਆ ਹੋਵੇਗਾ ਮੀਨਸ ਕੋਈ ਕੰਮ ਹੋ ਚੁੱਕਾ ਹੋਵੇਗਾ ਉਹਦਾ ਅੰਦਾਜ਼ਾ ਲਗਾਉਂਦੇ ਆਪਾਂ ਮੇ ਹੈਵ ਲਗਾਉਂਦੇ ਹਾਂ ਪ੍ਰੈਜੈਂਟ ਕਰਕੇ ਜਦੋਂ ਆਪਾਂ ਅੰਦਾਜ਼ਾ ਲਗਾਉਂਦੇ ਜੇ ਉਸ ਤੋਂ ਅਬਵ ਹੁੰਦੀ ਬਟ 100 ਤੋਂ ਨੀਚੇ ਕਿਹੜੇ ਕੰਮ ਜਿਹੜੇ ਕੰਮ ਹੋ ਚੁੱਕੇ ਆ ਸਟਰਕਚਰ ਕੀ ਇਹਦਾ ਮੇ ਹੈਵ ਦਾ ਐਜ਼ ਅ ਪੈਸਿਵ ਵਾਇਸ ਓਬਜੈਕਟ ਸਟਾਰਟਿੰਗ ਦੇ ਮੇ ਹੈਵ ਨਾਲ ਬੀਨ ਦੈਨ V3 ਜੇ ਆਪਾਂ ਆਪਣਾ ਸਬਜੈਕਟ ਸ਼ੋ ਕਰਨਾ ਤਾਂ ਬਾਇਲ ਗਾ ਕਿ ਸਬਜੈਕਟ ਵੈਸੇ ਆਪਾਂ ਆਪਣੀ ਡੇਲੀ ਲਾਈਫ ਦੇ ਵਿੱਚ ਸਬਜੈਕਟਸ ਨਹੀਂ ਬੋਲਦੇ ਮੀਨਸ ਆਪਣਾ ਇੱਥੇ ਸੈਂਟੈਂਸ ਕੰਪਲੀਟ ਹੋ ਜਾਂਦਾ ਵਾ ਬੁੱਕਸ ਦੇ ਵਿੱਚ ਹੀ ਜ਼ਿਆਦਾ ਲਿਖਿਆ ਹੁੰਦਾ ਬਾਇਲ ਗਾ ਕਿ ਸਬਜੈਕਟ ਸ਼ਾਇਦ ਖਾਣਾ ਪਕਾਇਆ ਜਾ ਚੁੱਕਿਆ ਹੋਵੇਗਾ ਖਾਣਾ ਪਕਾਉਣ ਵਾਲਾ ਇੱਥੇ ਕੌਣ ਹੈ ਨਹੀਂ ਪਤਾ ਇੱਟ ਮੀਨਸ ਕਿ ਆਪਣਾ ਪੈਸਿਵ ਆ ਫੂਡ ਮੇ ਹੈਵ ਬੀਨ ਕੁਕਡ ਫੋਰ ਇਗਜ਼ਾਮਪਲ ਆਪਾਂ ਕਹਿਣਾ ਕਿ ਮਦਰ ਦੁਆਰਾ ਜਿਹੜਾ ਖਾਣਾ ਪਕਾਇਆ ਜਾ ਚੁੱਕਿਆ ਹੋਵੇਗਾ ਬਾਏ ਮਦਰ ਮੀਨਸ ਕਿ ਫੋਰ ਇਗਜ਼ਾਮਪਲ ਤੁਹਾਡੀ ਮਦਰ ਨੇ ਕਿਹਾ ਕਿ ਮੈਂ ਖਾਣਾ ਪਕਾਉਣ ਜਾ ਰਹੀ ਹਾਂ ਠੀਕ ਹੈ ਅਤੇ ਉਹ ਚਲੇ ਗਏ ਹੁਣ ਅਤੇ ਤੁਸੀਂ ਹੁਣ ਅੰਦਾਜ਼ਾ ਲਗਾ ਰਹੇ ਕਿ ਜਿਹੜਾ ਖਾਣਾ ਵਾ ਉਹ ਪਕਾਇਆ ਜਾ ਚੁੱਕਿਆ ਹੋਵੇਗਾ ਜਾਂ ਪੱਕ ਗਿਆ ਹੋਵੇਗਾ ਆਪਣੀ ਡਿਫਰੈਂਟ ਵੇ ਨਾਲ ਆਪਾਂ ਬੋਲਦੇ ਆਪਾਂ ਇਹ ਪੰਜਾਬੀ ਹਿੰਦੀ ਨਹੀਂ ਫੋਲੋ ਕਰਨੀ ਕਿ ਜਿੱਥੇ ਚੁੱਕਾ ਹੋਵੇਗਾ ਆਵੇ ਆ ਹੋਵੇਗਾ ਤਾਂ ਨਾਲੇ ਸਟੂਡੈਂਟ ਕਨਫਿਊਜ਼ ਹੋ ਜਾਂਦੇ ਆ ਕਿ ਇੱਥੇ ਵਿਲ ਹੈਵ ਆਏਗਾ ਮੀਨਸ ਫਿਊਚਰ ਆ ਫਿਊਚਰ ਲਈ ਆਪਾਂ ਵਿਲ ਹੈਵ ਯੂਜ਼ ਕਰ ਰਹੇ ਹਾਂ ਇੱਥੇ ਆਪਾਂ ਪ੍ਰੈਜੈਂਟ ਦੀ ਗੱਲ ਕਰ ਰਹੇ ਹਾਂ ਫਿਊਚਰ ਦੀ ਨਹੀਂ ਇਸ ਲਈ ਤਾਂ ਵਿਲ ਹੈਵ ਨਾਲ ਕੋਈ ਕਨੈਕਸ਼ਨ ਨਹੀਂਗਾ ਇਸ ਲਈ ਮੈਂ ਤੁਹਾਨੂੰ ਕਿਹਾ ਕਿ ਆਪਾਂ ਜਿਹੜੀ ਪੰਜਾਬੀ ਹਿੰਦੀ ਦੇ ਫੋਲੋ ਨਹੀਂ ਕਰਨਾ ਵੀ ਜਿੱਥੇ ਆਹ ਵਰਡਸ ਹਨ ਆਪਾਂ ਸੈਂਸ ਸਮਝ ਨਹੀਂ ਕਿ ਆਪਾਂ ਅੰਦਾਜ਼ਾ ਲਗਾ ਰਹੇ ਹਾਂ ਕਿਹੜੇ ਕੰਮ ਦਾ ਜਿਹੜਾ ਹੋ ਚੁੱਕਿਆ ਹੋਵੇਗਾ ਅਤੇ ਅੰਦਾਜ਼ਾ ਆਪਣਾ ਕਿੰਨਾ 50% ਜੇ ਆਪਾਂ ਇਹਦਾ ਐਕਟਿਵ ਕਰਦੇ ਹਾਂ ਕਿਸ ਤਰ੍ਹਾਂ ਬਣੇਗਾ ਮਦਰ ਮੇ ਹੈਵ ਕੁਕਡ ਦਾ ਫੂਡ ਮੀਨਸ ਬੀਨ ਦਾ ਡਿਫਰੈਂਸ ਅਤੇ ਇੱਥੇ ਓਬਜੈਕਟ ਦਾ ਵਾ ਆਪਾਂ ਓਬਜੈਕਟ ਸਟਾਰਟਿੰਗ 'ਤੇ ਲਿਆਂਦਾ ਪੈਸਿਵ ਦੇ ਵਿੱਚ ਐਕਟਿਵ ਨਾਲੋਂ ਇਸ ਲਈ ਮੈਂ ਤੁਹਾਨੂੰ ਲਿੰਕ ਦੇ ਦਾਂਗੀ ਤੁਸੀਂ ਕਲੀਅਰ ਕਰ ਲਿਓ ਆਪਣਾ ਜਿਹੜਾ ਡਿਫਰੈਂਸ ਆ ਮੇ ਹੈਵ ਦਾ ਐਜ਼ ਅ ਐਕਟਿਵ ਵੋਇਸ ਐਂਡ ਐਜ਼ ਅ ਪੈਸਿਵ ਵੋਇਸ ਆਇਲਸ ਐਗਜ਼ਾਮ ਦਿੱਤਾ ਜਾ ਚੁੱਕਿਆ ਹੋਵੇਗਾ ਆਇਲਸ ਐਗਜ਼ਾਮ ਕਿਹਦੇ ਦੁਆਰਾ ਦਿੱਤਾ ਜਾ ਚੁੱਕਿਆ ਜਾਂ ਕਿਹਨੇ ਦਿੱਤਾ ਹੋਵੇਗਾ ਨਹੀਂ ਦਿੱਤਾ ਇੱਟ ਮੀਨਸ ਕਿ ਆਪਣਾ ਪੈਸਿਵ ਆ ਇਹ ਆਇਲਸ ਐਗਜ਼ਾਮ ਮੇ ਹੈਵ ਬੀਨ ਟੇਕਨ ਉਸਨੂੰ ਕੁੱਟ ਪੈ ਗਈ ਹੋਵੇਗੀ ਉਸਨੂੰ ਕੁੱਟਣ ਵਾਲਾ ਕੌਣ ਆ ਨਹੀਂ ਪਤਾ ਇੱਟ ਮੀਨਸ ਆਪਣਾ ਪੈਸਿਵ ਆ ਪੈ ਗਈ ਹੋਵੇਗੀ ਕੁੱਟ ਆਪਾਂ ਨੂੰ ਪਤਾ ਨਹੀਂ ਕਿ ਆਪਾਂ ਕੀ ਕਰ ਰਹੇ ਹਾਂ ਅਜ਼ੰਪਸ਼ਨ ਕਰ ਰਹੇ ਹਾਂ ਅੰਦਾਜ਼ਾ ਲਗਾ ਰਹੇ ਹਾਂ ਕਿ ਉਹਨੂੰ ਕੁੱਟ ਪੈ ਗਈ ਹੋਵੇਗੀ ਹੀ ਮੇ ਹੈਵ ਬੀਨ ਬਿਟਨ ਮੇਰੇ ਕੱਪੜੇ ਵਾਸ਼ ਹੋ ਗਏ ਹੋਣਗੇ ਕੱਪੜੇ ਵਾਸ਼ ਕਰਨ ਵਾਲਾ ਇੱਥੇ ਕੌਣ ਹੈ ਨਹੀਂ ਦਿੱਤਾ ਇੱਟ ਮੀਨਸ ਕਿ ਆਪਣਾ ਪੈਸਿਵ ਆ ਅਤੇ ਆਪਾਂ ਇੱਥੇ ਕੀ ਕਹਿ ਰਹੇ ਹਾਂ ਅੰਦਾਜ਼ਾ ਲਗਾ ਰਹੇ ਹਾਂ ਜਾਂ ਵਾਸ਼ ਕੀਤੇ ਜਾ ਚੁੱਕੇ ਹੋਣਗੇ ਕਿਸੇ ਵੀ ਵੇ ਨਾਲ ਆਪਾਂ ਬੋਲ ਸਕਦੇ ਹਾਂ ਮਾਈ ਕਲੋਥਸ ਮੇ ਹੈਵ ਬੀਨ ਵਾਸ਼ਡ ਫੋਰ ਇਗਜ਼ਾਮਪਲ ਆਪਾਂ ਕਹਿਣਾ ਕਿ ਮਦਰ ਦੁਆਰਾ ਜਿਹੜੇ ਕੱਪੜੇ ਆ ਵਾਸ਼ ਕੀਤੇ ਜਾ ਚੁੱਕੇ ਹੋਣਗੇ ਕੀ ਕਹਾਂਗੇ ਆਪਾਂ ਬਾਏ ਮਦਰ ਇਹ ਸੀ ਆਪਣਾ ਮੇ ਹੈਵ ਦਾ ਯੂਜ਼ ਹੋਪ ਸੋ ਯੂ ਵਿਲ ਹੈਵ ਅੰਡਰਸਟੂਡ ਦਾ ਆਲ ਯੂਜ਼ ਆਫ ਮੇ ਹੈਵ ਐਜ਼ ਅ ਪੈਸਿਵ ਫੋਰਮ ਇਫ ਯੂ ਹੈਵ ਐਨੀ ਕਾਈਂਡ ਆਫ ਪ੍ਰੋਬਲਮ ਦੈਨ ਯੂ ਕੈਨ ਆਸਕ ਮੀ ਥਰੂ ਕਮੈਂਟਸ ਥੈਂਕਸ ਫੋਰ ਵਾਚਿੰਗ ਮਾਈ ਵੀਡੀਓ ਪਲੀਜ਼ ਸਬਸਕ੍ਰਾਈਬ ਐਂਡ ਸ਼ੇਅਰ ਮਾਈ ਚੈਨਲ ਵਿਦ ਯੋਰ ਫਰੈਂਡਸ ਐਂਡ ਫੈਮਿਲੀ ਥੈਂਕਸ